ਡੈਮਸ ਫੰਡ ਵਿੱਚ ਹਿੱਸਾ ਪਾਉਣ ਕੌਮੀ ਫਰਜ਼ ਹੈ। ਜਿਨ੍ਹਾਂ ਕੋਲ ਕੋਈ ਉਜ਼ਰ ਕਹਿਣੀ ਉਹ ਭੀਕ ਦਾ ਇਲਜ਼ਾਮ ਲੈਂਦੇ ਪੈਣ। ਇਹ ਕਮ ਜ਼ਰਫ ਲੋਕ ਹਨ। ਭੀਕ ਮੰਗਣ ਦਾ ਇਲਜ਼ਾਮ ਲਾਉਣ ਲਈ ਕੋਈ ਸ਼ਰਮ ਆਉਣੀ ਚਾਹੀਦੀ ਹੈ। ਡੈਮਸ ਫੰਡਸ 'ਤੇ ਤਨਕੀਦ ਕਰਨ ਲਈ ਕੋਈ ਚੀਫ ਜਸਟਿਸ ਦਾ ਪੈਗਾਮ ਆਖਿਆ ਜੋ ਕੌਮਾਂ ਆਪਣਾ ਫਰਜ਼ਾ ਸਰ ਅੰਜਾਮ ਲੈਂਦੇ ਉਹ ਭੀਕ ਕਹਿਣੀ ਮੰਗਦੀਆਂ। ਤਨਕੀਦ ਤੋਂ ਇੱਜ਼ਤ ਨਫਸ ਮਜਰੂਹ ਕੀਤਾ ਗਏ। ਮੈਂ ਸਿੱਤ ਕੇ ਦਿਲ ਸੇ ਹਲਫ ਉਠਾਤਾ ਹੂੰ ਕਿ ਮੈਂ ਖਲੂਸ ਨੀਅਤ ਸੇ ਪਾਕਿਸਤਾਨ ਕਾ ਹਾਮੀ ਔਰ ਵਫਾਦਾਰ ਰਹੂੰਗਾ। ਪਾਕਿਸਤਾਨ ਦਾ ਹਮੇਸ਼ਾ ਹਾਮੀ ਤੇ ਵਫਾਦਾਰ ਰਹਾ ਸਾਂ। ਵਫਾਕੀ ਕਾਬਿਨਾ ਦੇ 6 ਨਵੇਂ ਅਰਕਾਨ ਹਲਫ ਚਾਗਦਾ। 3 ਵਜ਼ਰਾ ਤੇ 3 ਵਜ਼ਰੇ ਮਮਲਿਕਤ ਸ਼ਾਮਿਲ। ਸਦਰ ਆਰਿਫ ਅਲਵੀ ਹਲਫ ਦਾ, ਉਮਰ ਅਯੂਬ ਕੋ ਤਵਨਾਈ, ਅਲੀ ਜ਼ੈਦੀ ਕੋ ਬਹਿਰੀ ਅਮੂਰ, ਮੁਹੰਮਦ ਮੀਆਂ ਸੋਮਰੋ ਕੋ ਨਿਜ ਕਾਇਦਾ ਕਲਮਦਾਨ ਦਾ ਵੈਸੀ। ਸਾਨੀਆ 12 ਮਈ ਕੇਸ ਵਿੱਚ ਅਹਿਮ ਤਰੀਨ ਪੇਸ਼ਰਫਤ। ਅਸਤਰੇ ਨੂੰ ਤਹਿਕੀਕਾਤ ਕਿਤੇ JIT ਬਣਾਉਣ ਦਾ ਹੁਕਮ। ਸਿੰਧ ਹਾਈ ਕੋਰਟ ਵੱਡਾ ਫੈਸਲਾ ਸੁਣਾਉਂਦਾ। ਵਾਕੇ ਬਾਰੇ ਬੇਮੁਕਦਮਾਤ ਰੀਓਪਨ ਕਰਨ ਤੇ ਜੁਡੀਸ਼ਲ ਕਮਿਸ਼ਨ ਬਣਾਉਣ ਦੀ ਵੀ ਹਿਦਾਇਤ। ਸਿੰਧ ਹਕੂਮਤ ਤੋਂ 2 ਹਫ਼ਤੇ 'ਚ ਅਮਲ ਦਰਾਮਦ ਰਿਪੋਰਟ ਤਲਬ। PTB ਪਾਰਲੀਮੈਂਟ ਹਮਲਾ ਕੇਸ ਇਸਲਾਮਾਬਾਦ ਇੰਸਦਾਦ ਦਹਿਸ਼ਤਗਰਦੀ ਅਦਾਲਤ ਵਜ਼ੀਰ ਆਜ਼ਮ ਇਮਰਾਨ ਖਾਨ ਕੋ ਹਾਜ਼ਰੀ ਤੋਂ ਮੁਸਤਕਿਲ ਇਸਤਸਨਾ ਡੇਟਾ। ਚੇਅਰਮੈਨ ਤਰੀਕੇ ਇਨਸਾਫ ਦਾ ਬਿਆਨ ਹਲਫੀ ਵਿੱਚ ਜਮ੍ਹਾਂ। ਇਮਰਾਨ ਖਾਨ ਦੀ ਜਾਤ ਬਾਬਾ ਰਵਾਨ ਪੇਸ਼ ਦੀ ਸਨ।